1 जुलाई ਨੂੰ ਵੀਡੀਓ ਪਬਲਿਸ਼ ਹੋਈ ਆ ਠੀਕ ਆ ਆਹੋ ਮਾਈ ਫਰਸਟ ਹਾਊਸ ਇਨ ਕੈਨੇਡਾ ਰੁਕ ਜਾ ਹੁਣ ਹੁਣ ਤੇਰੇ ਕੋਚੀ ਦਿਖਾਉਣਾ ਜੁਲਾਈ ਨੂੰ ਇਹ ਮੂਵ ਹੋਏ ਆਣਾ ਤੇ ਮਾਸੀ ਦਾ ਮੁੰਡਾ ਨਾ ਹੋਇਆ ਭਰਾ ਵੀ ਨਾ ਹੋਇਆ ਉਸ ਤੋਂ ਬਾਅਦ ਸਾਲ ਲਿਖਿਆ ਇੰਡੀਆ ਠੀਕ ਆ ਸਾਲ ਲਿਖਿਆ ਇੰਡੀਆ ਉਸ ਤੋਂ ਬਾਅਦ ਪੂਰੀ ਜੁਲਾਈ ਤੋਂ ਮੈਨੂੰ ਲੱਗਦਾ ਕਿ ਸਾਲ ਦੀ ਰਿਲੀਜ਼ ਹੁੰਦੀ ਕਰਦੀ ਜਿਹੜਾ ਮਾਸੀ ਦਾ ਮੁੰਡਾ ਸੀ ਉਹ ਪੀਆਰ ਨਿਕਲ ਗਿਆ ਵਿਨੀਪੈਗ ਠੀਕ ਆ ਉਹ ਪੀਆਰ ਨਿਕਲ ਗਿਆ ਵਿਨੀਪੈਗ ਤੇ ਇਹ ਸੀਗਾ ਪਹਿਲੇ ਇਕੱਲਾ ਭਰਾ ਹੈਗਾ ਇੰਡੀਆ ਘਰ ਦਾ ਖਰਚਾ ਕਿੱਥੋਂ ਹੁਣ ਉਹ ਘਰ ਦੀ ਕਦੇ ਵੀਡੀਓ ਤਾਂ ਪਾਈ ਨਹੀਂ ਉਹ ਰਿਸੇਮ ਦੀ ਘਰ ਦਾ ਰੈਂਟ ਕਿੱਥੋਂ ਦੇਣਾ ਜਾਣਾ ਕਰ ਲੈ ਲਿਆ ਕਰ ਲੈ ਲਿਆ ਕਰ ਲੈ ਲਿਆ ਅਗਲੇ ਵਾਰੀ ਬੇਸਮੈਂਟ ਚੱਲ ਗਈ ਉਹੀ ਮਹੀਨੇ ਦੀ ਬੇਸਮੈਂਟ ਸਿੱਧਾ ਬੰਦਾ ਇੰਡੀਆ ਤੋਂ ਗਿਆ ਸਿੱਧਾ ਬੇਸਮੈਂਟ ਹਾਂ ਉਹ ਯਾਰ ਝੂਠ ਬੋਲਦੇ ਨੇ ਝੂਠ ਬੋਲਦੇ ਨੇ ਫੇਰ ਫੇਰ ਪੱਕਾ ਕੱਲ ਪਰਸੋਂ ਵੀਡੀਓ ਪਾ ਕਹਿੰਦਾ ਵੀ ਇਹ 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 ਘਰ ਸਾਡਾ ਵੇ ਉਹ ਘਰ ਨਹੀਂ ਆ ਇਹਨਾਂ ਦਾ ਯਾਰ ਘਰ ਸਾਡੇ ਵੱਲੋਂ ਬੰਦਾ ਕੋਈ 70 ਘਰ ਕੋਈ ਗੱਲ ਨਹੀਂ ਦੀ ਪਰ ਝੂਠ ਨਹੀਂ ਬੋਲਣਾ ਭਾਈ YouTube ਤੇ ਆ ਕੇ ਝੂਠ ਨਹੀਂ ਬੋਲਣਾ ਮੇਰੇ ਸਾਲੇ ਦੋ ਘਰ ਨੇ ਮੇਰੇ ਆ ਘਰ ਘਰ ਨਹੀਂ ਆ ਮੇਰੀ ਗੱਲ ਸੁਣ ਅਸੀਂ ਤਾਂ ਘਰ ਐਜ਼ ਇਨਵੈਸਟਮੈਂਟ ਰੱਖਿਆ ਮੇਰੇ ਪਾਸ ਨੂੰ ਮੰਨਦੇ ਇਨਵੈਸਟਮੈਂਟ ਰੱਖਿਆ ਹੋਊਗਾ ਬੰਦਾ ਇੰਡੀਆ ਦਾ ਜਾਂਦਾ ਵਾ ਉੱਥੇ ਕੁਆਰੰਟਾਈਨ ਕਰਨਾ ਵਾ ਠੀਕ ਆ ਬੰਦਾ ਬੇਸਮੈਂਟ ਰੈਂਟ ਤੇ ਲੈ ਕੇ ਕੁਆਰੰਟਾਈਨ ਚੱਲ ਇਨਵੈਸਟਮੈਂਟ ਦੇ ਬਾਅਦ ਵੀ ਕਰਦੀ ਹੋ ਜਾਊਗੀ ਭੈਣ ਚੋ ਕਿੱਡੇ ਘਰ ਪਾ ਚੱਲਿਆ ਮਹੀਨੇ ਦਾ ਆਪਣਾ ਬੇਸਮੈਂਟ ਲੈ ਲਈ ਦਿਲ ਕਰਦਾ ਬੇਸਮੈਂਟ ਅਗਰ ਬੇਸਮੈਂਟ ਲੈ ਲਈ ਤੂੰ ਸਿੱਧਾ ਜਾਏਗਾ ਬੇਸਮੈਂਟ ਚ ਕੁਆਰੰਟਾਈਨ ਕਰੇਗਾ ਕਿ ਆਪਣੇ ਘਰੇ ਕਰੇਗਾ ਜਾਣਾ ਬੰਦਾ ਹੋਊਗਾ ਕਿੱਥੇ ਆਪਣੇ ਘਰੇ ਇਹ ਹੀ ਗੱਲ ਹੈ ਯਾਰ ਲੋਕੀ ਇਹ ਗੱਲਾਂ ਵੇਚਦੇ ਨਹੀਂ ਨੋਟ ਨਹੀਂ ਕਰਦੇ ਹਨਾ ਚਲ ਇੰਡੀਆ ਵਾਲਿਆਂ ਨੂੰ ਭਰਾਵਾਂ ਨੂੰ ਨਹੀਂ ਪਤਾ ਹਨਾ ਇਹਨਾਂ ਚੀਜ਼ਾਂ ਦਾ ਵੀ ਇਦਾਂ ਦਾ ਉੱਥੇ ਹੁੰਦੀ ਵੇ ਲੋਕਾਂ ਨੇ ਤਾਂ ਕਮੈਂਟ ਕੀਤਾ ਅੱਧੇ ਕਮੈਂਟ ਡਿਲੀਟ ਹੋ ਗਏ ਅੱਧਿਆਂ ਨੇ ਫਿਰ ਰਿਪਲਾਈ ਬਈ ਉਹ ਇਨਵੈਸਟਮੈਂਟ ਰੱਖਿਆ ਇਨਵੈਸਟਮੈਂਟ ਰੱਖਿਆ ਨਾ ਦੇਖੋ ਮੈਨੂੰ ਉਹਨਾਂ ਨੇ ਕਿਹਾ ਸੀ ਗੱਡੀ ਨਿਕਲ ਨਹੀਂ ਤੇਰੀ ਰੇਂਜ ਰੋਵਰ ਤੇਰੀ ਹੈਗੀ ਕਿਸੇ ਹੋਰ ਦੀ ਆ ਜਾਂ ਬਈ ਬੀਐਮਡਬਲਿਊ ਤੇਰੀ ਹੈਗੀ ਕਿਸੇ ਹੋਰ ਦੀ ਮੈਂ ਤੱਕ ਕੇ ਉਸੇ ਵੇਲੇ ਬਈ ਉਦਣ ਹੀ ਲਾਈਵ ਮੇਰੀ ਵੀਡੀਓ ਚ ਮੈਂ ਆਪਣੇ ਪਰਸਨਲ ਡੇਟ ਤੱਕ ਕੇ ਰੱਖ ਕੇ ਆਰਸੀ ਦਿਖਾਈ ਗਿਆ ਜੋਬਨਦੀਪ ਸਿੰਘ ਗੱਡੀ ਆ ਆ ਦੇਖ ਲਓ ਹੁਣ ਦੇਖ ਲਓ ਬਈ ਕਿਹਨੂੰ ਸ਼ਾਕਰ ਕੱਢ ਲਓ ਆਪਣੇ ਇੰਸਟਾ ਤੇ ਬਈ ਪੁੱਤਰੇ ਬਈ ਦੇਖ ਜਿਹੜੇ ਬੰਦੇ ਨੂੰ ਪਰ ਪੁੱਛਿਆ ਬੰਦਾ ਕਰੀ ਜਾ ਕੇ ਦਿਖਾ ਵੀ ਆ ਘਰ ਦੇ ਪੇਪਰ ਨੇ ਮੇਰੇ ਆ ਮੇਰਾ ਘਰ ਠੀਕ ਆ ਉਹਦੇ ਨਾਲ ਵੀਡੀਓ ਬਣਾਉਂਦੇ ਆ ਬੇਸਮੈਂਟ ਲੋਕੀ ਕਿ ਬਈ ਆ ਘਰ ਆ ਮੇਰਾ ਤੇ ਆ ਸਭ ਕੁਝ ਆ ਪਰ ਆਪਾਂ ਬੇਸਮੈਂਟ ਰਹਿੰਦੇ ਸਾਡੀ ਆਪਣੀ ਦੁਨੀਆ ਬਣ ਗਈ ਬੇਸਮੈਂਟ ਦੇ ਬਿਲਕੁਲ ਬਿਲਕੁਲ ਤੇਰੇ ਆਪਣੇ ਸੋਫੇ ਵੀ ਹੈਗੇ ਬੈੱਡ ਵੀ ਹੈਗੇ ਸੀ ਆਪਾਂ ਸੋਫੇ ਬਣਾ ਲੈ ਗਿਆ ਉਹ ਉੱਥੇ ਕੋਈ ਚੱਕਰ ਨਹੀਂ ਬਿਲਕੁਲ ਹੁਣ ਬਿਲਕੁਲ ਜਿਹੜਾ ਐਡਾ ਵੱਡਾ ਬੰਦਾ ਹੋਵੇ ਨਾ ਮਤਲਬ ਕਿ ਇੰਨੇ ਲੈਵਲ ਤੇ ਬੰਦਾ ਯੂਟਿਊਬਰ ਹੋਵੇ ਤੇ ਉਹਨੂੰ ਲੋਕੀ ਵਾਰ-ਵਾਰ ਕਹਿਣ ਕਿ ਬਾਈ ਤੇਰੇ ਘਰ ਇੰਡੀਆ ਵਾਲੇ ਭਰਾ ਨੇ ਉਹਨਾਂ ਨੂੰ ਮਾੜਾ ਜਿਹਾ ਸੋਚਣਾ ਚਾਹੀਦਾ ਭਰਾ ਮੇਰੇ ਇਹਨਾਂ ਪਿੱਛੇ ਨਾ ਲੱਗਿਆ ਕਰੋ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਵੇਖਣਾ ਬੰਦ ਕਰੋ ਜਾਂ ਅਨਸਬਸਕ੍ਰਾਈਬ ਕਰੋ ਮੈਂ ਹਰ ਆਪਣੀ ਵੀਡੀਓ 'ਚ ਕਹਿੰਦਾ ਇਹਨਾਂ ਨੂੰ ਅਨਸਬਸਕ੍ਰਾਈਬ ਕਰਨ ਦੀ ਲੋੜ ਨਹੀਂ ਬੰਦੇ ਨੂੰ 8 ਨੂੰ ਮੁੱਢ ਬੋਲਦੇ ਨੇ ਉੱਥੇ ਦੱਬ ਲਿਆ ਨਹੀਂ ਨਹੀਂ ਬੰਦੇ ਨੂੰ 8-9 ਮਿੰਟ ਦੀ ਐਕਸਪਲੇਨੇਸ਼ਨ ਦੀ ਵੀਡੀਓ ਬਣਾਉਣੀ ਨਹੀਂ ਪੈਂਦੀ ਯਾਰ ਬੰਦਾ ਬਸ ਇੱਕ ਪੋਸਟ ਪਾ ਦੇ ਪੇਪਰਾਂ ਦੇ ਨਾਲ ਕਰ ਦੇ ਆਪਣੀ ਡਿਟੇਲ ਹਾਈਟ ਕਰਕੇ ਕਿ ਆ ਕਰ ਜੇ ਕਿਸ ਨੂੰ ਵੀ ਪ੍ਰੋਬਲਮ ਹੈਗੀ ਦੱਸ ਮੈਂ ਤਾਂ 8 ਮਿੰਟ ਦੀ ਨਹੀਂ ਫਰੈਸ਼ੀ ਤੇਰੀ ਆਵਾਜ਼ ਰੁਕ ਰੁਕ ਕੇ ਆਂਦੀ ਵੀ ਸਾਰੇ ਕਹਿੰਦੇ ਪਏ ਨੇ ਸ਼ਰਨ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਇੱਕ ਮਿੰਟ ਰੁਕ ਯਾਰ ਇੱਕ ਮਿੰਟ ਕਮੈਂਟ ਮੈਂ ਸਾਰੇ ਭਰਾਵਾਂ ਦੇ ਪੜਦਾ ਪਿਆ ਵਾਂ ਪਰ ਇਸ ਟਾਈਮ ਨਾਲ ਥੋੜੀ ਜਿਹੀ ਗੱਲ ਜਿਹੜੀ ਨਾ ਉਹ ਬੜੀ ਗਰਮ ਮੁੱਦਾ ਚੱਲ ਰਿਹਾ ਗਰਮ ਮੁੱਦਾ ਪੰਜਾਬੀ ਇੰਡਸਟਰੀ ਦਾ ਗਰਮ ਮੁੱਦਾ ਉਹ ਯਾਰ ਰੋਬੀ ਬਾਈ ਮੈਨੂੰ ਮੈਸੇਜ ਕਰ ਰਿਹਾ ਪਰਸਨਲ ਰੋਬੀ ਬਾਈ ਦੇ ਕਹਿੰਦਾ ਬਾਈ ਮੈਨੂੰ ਗਾਲਾਂ ਨਾ ਕੱਢੋ ਮੈਂ ਨਹੀਂ ਕੁਝ ਕਿਹਾ ਪਤਾ ਨਹੀਂ ਉਹ ਕਹਿੰਦਾ ਮੈਨੂੰ ਗਾਲਾਂ ਨਾ ਕੱਢੋ ਮੇਰਾ ਨਾਮ ਲੈ ਕੇ ਚਲ ਬਾਈ ਸੋਰੀ ਆ ਜੇ ਹਨਾ ਕਦੇ ਕਮੈਂਟ ਮਿਸ ਮੈਸੇਜ ਹੋ ਜਾਂਦਾ ਕਦੇ ਪਰ ਪਤਾ ਨਹੀਂ ਮੈਨੂੰ ਪਤਾ ਨਹੀਂ ਗੱਲ ਨਹੀਂ ਕੱਢੀ ਯਾਰ ਮੈਂ ਕਹਿੰਦਾ ਰੋਬੀ ਵੀਰੇ ਨੂੰ ਕਿਸੇ ਗਾਲ ਨਹੀਂ ਕੱਢੀ ਰੋਬੀ ਤੁਮਾਨ ਪਤਾ ਕੀ ਨਾਮ ਬੰਦੇ ਦਾ ਹੁਣ ਮੈਨੂੰ ਮੈਸੇਜ ਆਇਆ ਸੁੱਤੇ ਹੁਣ ਠੀਕ ਆ ਬਾਈ ਯਾਰ ਆਵਾਜ਼ ਸਹੀ ਗਾਲ ਕੱਢੀ ਯਾਰ ਕਿਉਂ ਗਾਲ ਕੱਢਣੀ ਤੈਨੂੰ ਜਿਹੜੇ ਇੱਕ ਦੋ ਬੰਦਾ ਗਾਲ ਕੱਢਦਾ ਬਈ ਉਹਨੂੰ ਕੱਢੀ ਮੈਂ ਜੇ ਭਰਾ ਨੇ ਕੋਈ ਗਾਲ ਨਹੀਂ ਕੱਢੀ ਯਾਰ ਭਰਾ ਤੁਸੀਂ ਆਪਣੇ ਤੇ ਬਾਈ ਇਹੀ ਯਾਰ ਹੁਣ ਸਭ ਨੂੰ ਯਾਰ ਦੇਖ ਜਾਂਦਾ ਪਤਾ ਲੱਗ ਜਾਂਦਾ ਹੁਣ ਪਿੰਡੂ ਕਮੇਟੀ ਦੀ ਗੱਲ ਯਾਰ ਮੈਨੂੰ ਨਹੀਂ ਪਤਾ ਕੀ ਹੁੰਦਾ ਹੋਇਆ ਤੇਰੀ ਵੀਡੀਓ ਤਾਂ ਮੈਂ ਦੇਖੀ ਗੱਲ ਹਨਾ ਕਮੈਂਟ ਡਿਲੀਟ ਕਰਤਾ ਹੋਇਆ ਇਹਦਾ ਹਨਾ ਚੁੱਪ ਪਿਆ ਹੁਣ ਉਹਦੇ ਤੇ ਆਪਣਾ ਥੰਬਨੇਲ ਪਾਇਆ ਲੰਡੂ ਕੈਨੇਡੀ ਨੇ ਉਹਨੇ ਤਾਂ ਬੋਲੇ ਕੁਛ ਨਹੀਂ ਭਰਾ ਗਲਤ ਜੇ ਤਾਂ ਡਿਮਾਂਡ ਦੀ ਹੋਵੇ ਯਾਰ ਉਹਨੇ ਐਜ਼ ਏ ਫੈਨ ਨਾ ਉਹਨੇ ਗੱਲ ਪੁੱਛੀ ਉਹਨੇ ਕਿਹਾ ਵੀਰੇ ਵੀ ਯਾਰ ਤੂੰ ਨਾ ਮੇਰਾ ਕਮੈਂਟ ਪਹਿਲੀ ਗੱਲ ਡਿਲੀਟ ਕੀਤਾ ਹਨਾ ਮੈਂ ਤੈਨੂੰ ਆਪਣਾ ਐਜ਼ ਏ ਫੈਨ ਕਮੈਂਟ ਕੀਤਾ ਸੀ ਤੂੰ ਮੇਰਾ ਕਮੈਂਟ ਡਿਲੀਟ ਕੀਤਾ ਮੁੜ ਕੇ ਕਹਿੰਦਾ ਵੀ ਯਾਰ ਤੂੰ ਨਾ ਗਰੀਬ ਬੰਦਿਆਂ ਨੂੰ ਨਾ ਪ੍ਰਮੋਟ ਕਰਿਆ ਕਰ ਉਹਨੇ ਸਿਰਫ ਇਹ ਗੱਲ ਕੀਤੀ ਬੜੇ ਪਿਆਰ ਨਾਲ ਗੱਲ ਕੀਤੀ ਉਹਦੀ ਵੀਡੀਓ ਵੇਖ ਲਈ ਕੋਈ ਗਾਲ ਨਹੀਂ ਕੋਈ ਕੁਝ ਨਹੀਂ ਕੱਢਿਆ ਤੇ ਉਹਨੂੰ ਚੱਕ ਕੇ ਪਾਤਾ ਲੰਡੂ ਕੈਨੇਡੀਅਨ ਸੱਚ ਜਿਹੜਾ ਨਾ ਸੱਚ ਕੋੜਾ ਹੁੰਦਾ ਉਹ ਜੋ ਲਾਲ ਮਿਰਚਾਂ ਵਾਂਗੂ ਲੱਗਦਾ ਤੈਨੂੰ ਲਾਲ ਮਿਰਚਾਂ ਵਾਂਗੂ ਲੱਗਦਾ ਗੱਲ ਦੱਸਦਾ ਮੈਂ ਨਾ ਜਦੋਂ ਆਪਣੇ ਚੈਨਲ ਪਹਿਲੀ ਵਾਰੀ ਦੁਬਾਰਾ ਸਟਾਰਟ ਕੀਤਾ ਮੈਂ ਗਿਵ ਅਪ ਕਿਹਾ ਮੈਂ ਕਿਹਾ ਲੈ ਕਈ ਫੋਨ ਦੂੰਗਾ ਮੇਰੇ ਕੋਲ ਉਦਾਂ ਪਿਆ ਸੀ ਕਈ ਵੀਡੀਓ ਚ ਮੈਂ ਕਈ ਫੋਨ ਦੂੰਗਾ ਮੈਂ ਇੱਕ ਬੰਦੇ ਨੂੰ ਭੇਜਿਆ ਮੈਂ ਦੋ ਜਣੇ ਨੂੰ ਭੇਜਿਆ ਆਪਣੇ ਹੋਰ ਦੱਸ ਜਿਹੜੇ ਸਬਸਕ੍ਰਾਈਬਰ ਸੀਗੇ ਆਈਫੋਨ ਜਿਹੜੇ ਆਪਣੇ ਕੋਲ ਵੱਧ ਪੈਸੇ ਵਾ ਭੇਜਦੇ ਮੈਂ ਗਿਵ ਅਪ ਕਿਹਾ ਆਈਫੋਨ ਦਊਂਗਾ ਠੀਕ ਆ
ਇਹਨੇ ਉਹੀ ਸ਼ੋਅ ਚ ਕੱਢਿਆ ਬਈ ਗਿਵ ਅਵੇ ਕਿੱਦਾਂ ਕਰੀ ਜਾਂਦਾ। ਹੁਣ ਭੈਣ ਚੋਦ ਇਹਨੂੰ ਪੁੱਛਾਂ ਤੁਸੀਂ ਮੈਂ ਗਿਵ ਅਵੇ ਕਿੱਦਾਂ ਕਰੀ ਜਾਂਦਾ, ਗਿਵ ਅਵੇ ਵਾਲੀ ਗੱਲ ਵਿੱਚ ਆ ਗਈ। ਇਹ ਤਾਂ ਬਈ ਇਹ ਤਾਂ ਸਬਸਕ੍ਰਾਈਬਰ ਖਰੀਦਣ ਵਾਲੀ ਗੱਲ ਹੋ ਗਈ, ਇਹ ਸਬਸਕ੍ਰਾਈਬਰ ਆਪਣੇ ਬਿਲਕੁਲ ਪ੍ਰਮੋਟ ਬਿਲਕੁਲ ਕਰਦੇ ਨੇ। ਖਰੀਦਾ ਖਰੀਦਾ ਲਾਲਚ ਦਿੰਦਾ ਹੈ, ਲਾਲਚ ਦਿੰਦਾ ਹੈ ਸਬਸਕ੍ਰਾਈਬਰਾਂ ਨੂੰ, ਕਦੀ ਉਹ $500 ਪਾਵਾਂਗੇ ਤੁਹਾਨੂੰ ਨਾਮ, ਕਦੀ ਆਈਫੋਨ, ਤੇ ਅੱਜ ਕੱਲ੍ਹ ਦੀ ਮੰਡੀਰ ਕੀ ਚਾਹੁੰਦੀ ਵੇ ਜਿਹੜਾ ਉਹ ਅੱਧੇ ਯਾਰ ਤੋਂ ਵੱਧ, ਤੇ ਇਹਦੇ ਇਹਦੇ ਜਿਹੜੇ ਸਬਸਕ੍ਰਾਈਬਰ ਨੇ ਉਹ ਲਾਲਚ ਜੀ ਨੇ, ਤੇ ਅੱਧੇ ਤੋਂ ਵੱਧ ਜਿਹੜੇ ਨੇ ਉਹ ਤੈਨੂੰ ਪਤਾ ਹੀ ਹੈ ਕੱਲ੍ਹ ਹਿੰਦੀ ਜਸਵਾਲ ਨੇ ਕਿਹਾ ਵੀ ਯੂਟਿਊਬ ਤੇ ਜਾ ਕੇ ਇਹਦਾ ਨਾਮ ਸਰਚ ਕਰੋ, ਇਹਦੇ ਤੋਂ ਵੱਧ ਇੰਟਰਸਟ ਬੰਦੇ ਇਹਦੀ ਘਰ ਵਾਲੀ ਚ ਨੇ। ਯਾਰ ਮੇਰਾ ਨਾ ਵਲੌਗ ਸ਼ੁਰੂ ਤੋਂ ਦੇਖ ਲਈ, ਆਪਾਂ ਕਾਲਜ ਫਰੈਂਡਸ ਵੀ ਹੁੰਦੀਆਂ ਕੁੜੀਆਂ ਹੁੰਦੀਆਂ, ਇੱਕ ਵੀ ਕੁੜੀ ਵਲੌਗ ਚ ਆਈ ਹੋਵੇ ਮੇਰੇ, ਮੈਂ ਮੁਝੇ ਬਲਰ ਕਰ ਦਿੰਦਾ ਫਿਰ ਕੋਈ ਯਾਰ। ਕਿਉਂਕਿ ਯਾਰ ਦੇਖ ਕੱਲ ਨੂੰ ਹੁਣ ਕੋਈ ਗੱਲ ਹੋ ਜੇ ਆਪਣੀ, ਠੀਕ ਆ, ਬੰਦਿਆਂ ਦਾ ਕੁਛ ਨੀ ਜਾਂਦਾ, ਜੇਕਰ ਕੁੜੀ ਦੀ ਕੋਈ ਫੋਟੋ ਪੈ ਗਈ ਕਦੇ ਕੁਛ ਪੈ ਗਿਆ ਯਾਰ, ਅਗਲੀ ਦੀ ਲਾਈਫ ਬਰਬਾਦ ਹੋ ਜੂ ਬਿਨਾਂ ਗੱਲ ਨੂੰ। ਬਿਲਕੁਲ 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 ਵੀਰੇ ਬਿਲਕੁਲ। ਹੁਣ ਇਹ ਸਾਲਾ ਕਹਿੰਦਾ ਵੀ ਇਹਦੇ ਯਾਰ ਨੀ ਆਏ, ਇਹਦੇ ਯਾਰ ਨੀ ਆਉਂਦੇ ਵੀਰੇ, ਇੰਨੇ ਜਿਹੜੀ ਨੇ ਗੱਲ ਕਹੀ ਨਾ, ਇਹ ਨੀ ਕਰਦਾ ਉਹ ਨੀ ਕਰਦਾ, ਮੈਂ ਉਹੀ ਗੱਲ ਕੀਤੀ। ਹੁਣ ਕਹਿੰਦਾ ਇਹਦੇ ਯਾਰ ਨੀ ਆ, ਤੂੰ ਪਹਿਲਾਂ ਜੀਜੇ ਨੂੰ ਸਾਂਭ ਲੈ, ਤੇ ਮੇਰੇ ਯਾਰ ਬੜੇ ਨੇ ਭੈਣ, ਜਿਹੜੂ ਉਹ ਆ ਗਏ ਨਾ ਤੇਰੇ ਕੋਲ ਉਹ ਵੇਖੇ ਨੀ ਜਾਣੇ ਭੈਣ। ਯਾਰ ਬੰਦਾ ਬੜਾ ਫੁੱਦੂ, ਬੜਾ ਫੁੱਦੂ ਬੰਦਾ ਲੱਗਦਾ ਯਾਰ ਮੈਨੂੰ। ਸਾਰੇ ਯੂਟਿਊਬ ਨੂੰ ਬੈਨ ਕਰਨਾ ਚਾਹੀਦਾ ਇਹਦਾ ਬੰਦਿਆਂ ਦੀ ਯਾਰ, ਜੁੱਤੇ ਪਤਾ ਚੱਲੇ ਨਹੀਂ ਯਾਰ। ਚੱਲ ਯਾਰ ਕਹਿੰਦਾ ਕੀ ਆ, ਹੁਣ ਇੱਕ ਗੱਲ ਆ, ਮੈਂ ਤੈਨੂੰ ਇੱਕ ਹੋਰ ਦੱਸਦਾ। ਇਹਨੇ ਜਦੋਂ ਲਈ ਗੱਡੀ ਹਨਾ, ਉਹ ਤੋਂ ਪਹਿਲਾਂ ਯਾਰਾਂ ਬੇਲੀਆਂ ਨੇ ਨੇ ਉਹ ਬਾਈ ਜੀਪ ਵਾਲਾ ਬੜਾ ਵਧੀਆ ਬੰਦਾ, ਉਹ ਬਾਈ ਬਹੁਤ ਵਧੀਆ ਉਹ ਬੰਦਾ, ਬੰਦਾ ਨਾਈਸ ਹੈ ਯਾਰ, ਮੁੰਡਾ ਬਹੁਤ ਨਾਈਸ ਬਹੁਤ ਜ਼ਿਆਦਾ ਵਧੀਆ ਬੰਦਾ। ਮੈਂ ਤੁਹਾਨੂੰ ਇੱਕ ਵਾਰੀ ਬੰਦੇ ਨੂੰ ਮਿਲਿਆ, ਇਹਨੂੰ ਮੈਂ ਕਰੀ ਆ, ਠੀਕ ਆ। ਅੱਛਾ ਤੇ ਇਹ ਪਤਾ ਕੀ ਕਹਿੰਦਾ, ਇੱਕ ਵਾਰੀ ਵੀਡੀਓ ਨਾਲ ਸੀਗਾ ਇੱਦਾਂ ਕਰਦਾ ਇੰਡੀਆ ਜਿਹੜਾ ਇਹਦਾ ਚਮਚਾ ਆ ਕੇ ਬੋਲਿਆ ਸੀ, ਉਹ ਵੀ ਇਸੇ ਕਰਕੇ ਬੋਲਿਆ ਸੀ ਕਿਉਂਕਿ ਉਹਦੀ ਗੱਡੀ ਘੁੰਮ, ਉਹਦੀ ਗੱਡੀ ਲੈ ਘੁੰਮਦਾ ਸੀ ਇੰਡੀਆ ਨਾ, ਉਹਦੇ ਨਾਲ ਤਾਂ ਹੀ ਆ ਰਹੀ ਸੀ ਕਿਉਂਕਿ ਉਹਦੀ ਗੱਡੀ ਸੀ ਇੱਥੇ ਸੀ। ਇੱਥੇ ਵੀ ਜਿਹੜਾ ਵੇ ਕੈਨੇਡਾ ਚ ਉਹਨਾਂ ਨਾਲ ਯਾਰੀ ਸੀ ਜਿਹਨਾਂ ਕੋਲ ਗੱਡੀਆਂ ਸੀ, ਗੱਡੀ ਦੇ ਕੋਲ ਆਈ ਸਾਰੇ ਯਾਰਾਂ ਨੂੰ ਭੁੱਲ ਗਿਆ, ਸਾਰੇ ਯਾਰਾਂ ਨੂੰ ਭੁੱਲ ਗਿਆ। ਹੋਰ ਮੁੰਡਾ ਸੀ ਮੇਰਾ ਚੱਕ ਚੱਲੇ ਸੀ, ਇੱਕ ਮੁੰਡਾ ਸੀ ਇਹਨਾਂ ਨਾਲ, ਠੀਕ ਆ, ਮੈਂ ਉਹਦਾ ਨਾਮ ਲੈ ਰਿਹਾ ਕੋਈ ਬੰਦਾ ਕੋਰਟ ਚ ਸੀਗਾ ਉਦੋਂ ਹਨਾ, ਬਾਈ ਆਪਣਾ ਭਰਾ ਵਾ ਅਜੇ ਵੀਡੀਓ ਬਣਾਉਂਦਾ, ਮੈਂ ਨਹੀਂ ਚੈਨਲ ਉੱਤੇ ਦੇਖਿਆ, ਚੋਣੀ ਛੱਡ ਹੀ ਦਿੱਤੀ ਸੀ ਪ੍ਰਦੀਪ ਕੇਰ ਮੁੰਡਾ। ਅੱਛਾ ਇਹਦੇ ਮਾਸੀ ਦੇ ਮੁੰਡੇ ਬਾਰੇ ਆਹਾ, ਉਹ ਕਹਿੰਦਾ ਇਹਨੂੰ ਬੇਸਮੈਂਟ ਚ ਰੱਖਿਆ ਫ੍ਰੀ ਆਪਣੇ ਨਾਲ, ਠੀਕ ਆ, 3-4 ਮਹੀਨੇ ਨੂੰ ਘਰ ਰਹਿੰਦੀ ਸੀ ਫ੍ਰੀ, ਉਹਦੀ ਕੀ ਸਹੇਲੀ ਸੀਗੀ ਜਿਹੜੀ ਤੋਂ ਸੀਗੀ, ਉਹਨੂੰ ਕਹਿੰਦਾ ਅਸੀਂ ਅਕਬਰਾ ਉਹਦਾ ਘਰ ਹੋਰ ਪਿੱਛੇ ਆ, ਤੂੰ ਮੇਰੇ ਨਾਲ ਹੋ ਜਾ। ਲੈ ਭੈਣ ਚੋ ਕਿੰਨੀ ਸਾਲੀ ਗੰਦੀ ਗੱਲ ਯਾਰ, ਇਹਦੇ ਕੋਲ ਗੱਡੀ ਸੀ ਨਾ, ਇਹਦੇ ਭਰਾ ਕੋਲ ਗੱਡੀ ਸੀਗੀ, ਉਹਦੇ ਕੋਲ ਗੱਡੀ ਸੀਗੀ, ਉਹਦੀ ਗੱਡੀ ਦੀ ਵੀਡੀਓ ਬਣਾਉਣ ਲਈ ਆਪਾਂ ਉਬਰ ਰੀਡ ਕਰਨ ਆ, ਦੇਖੋ ਉਬਰ ਰੀਡ ਚੱਲ ਗਏ ਇੰਨੇ ਪੈਸੇ ਪਏ ਟਰੱਕ 'ਚ, ਉਹਦੀ ਗੱਡੀ ਏਅਰਪੋਰਟ ਤੇ ਵੀ ਛੱਡ ਗਿਆ ਉਹਦੇ ਕੋਲ ਗੱਡੀ ਹੈਗੀ ਆ, ਬੰਦੇ ਕਿੱਥੇ ਹੈ ਬੰਦਾ ਯਾਰ, ਯੂਜ਼ ਕਰਕੇ ਬੰਦੇ ਨੂੰ, ਮੈਨੂੰ ਇਹ ਨਹੀਂ ਸਮਝਦਾ ਲੋਕਾਂ ਨੂੰ ਸਾਲਾ ਪਤਾ ਕਿਉਂ ਨਹੀਂ ਲੱਗਦਾ। ਹੁਣ ਮੈਂ ਯਾਰ ਵੀਡੀਓ, ਉਹੀ ਤਾਂ ਭੇਡਾਂ ਨੇ ਉਹਦਾ, ਰਾਮ ਰਹੀਮ ਨਹੀਂ ਸੀ ਉਹ ਬਾਬਾ ਜਿਹੜਾ ਸਰਸ ਵਾਲਾ, ਉਹਦੇ ਪਿੱਛੇ ਭੇਡਾਂ ਸੀ ਨਾ, ਅੰਧ ਭਗਤ ਸੀ, ਇਹਦੇ ਪਿੱਛੇ ਵੀ ਅੰਧ ਭਗਤ ਬੜੇ ਲੋਕ ਨੇ ਅੰਧ ਭਗਤ। ਪਤਾ ਕੀ ਆ, ਮੈਂ ਨਾ ਹੁਣ ਮੇਰੇ ਬਲੈਕ ਬਾਪੂ ਬੇਬੇ ਆ, ਇਹਨਾਂ ਨੇ ਬੰਦਿਆਂ ਨੇ ਲਾਈਕ ਘਰਾਂ ਤੱਕ ਐਡਰੈਸ ਦੇ ਦਿੱਤੇ, ਕਿਉਂਕਿ ਮੇਰਾ ਨਾਲ ਰਹਿੰਦਾ ਸੀਗਾ, ਕਿਹੜੀ ਗੱਲ ਕਰਨੀ, ਹੈਮਪਟਨ ਘੁੰਮਦਾ ਮੈਂ, ਇੱਕ ਵਾਰੀ ਲਾਈਵ ਹੋ ਕੇ ਮੈਂ ਸ਼ੈਡਨ ਪਲਾਈ ਗਿਆ ਸੀਗਾ, ਮੈਂ ਕਿਹਾ ਮੈਂ ਲਾਈਵ ਖਲੋਤਾ ਇੱਥੇ ਜੇ ਕਿਸੇ ਨੇ ਗੱਲ ਕਰਨੀ ਆ ਕੇ। ਉਹੀ ਘੁੰਮ ਕੇ ਆਉਂਦਾ ਪੈਣਾ ਹੁਣ ਇਹਦਾ, ਜਿਹੜੇ ਤੇਰੇ ਨਾਲ ਕੀਤੀਆਂ ਨਾ ਮਾੜੀਆਂ ਇਹਨਾਂ ਨੇ ਉਸ ਟਾਈਮ ਤੇ, ਉਹ ਹੁਣ ਘੁੰਮ ਕੇ ਆਉਂਦੀ ਆ ਵੀ ਮੈਂ ਅੱਗੇ ਦੇ ਆ ਗਈ ਆ ਨਾ, ਇਹ ਕਹਿੰਦੇ ਨਾ ਆਪਣੇ ਪਾਪਾ ਦਾ ਘਾਲਾ ਜੀ ਭਰ ਜਾਂਦਾ ਫਟ ਜਾਂਦਾ, ਹੁਣ ਤੇਰਾ ਤੇ ਫਟ ਗਿਆ। ਨਹੀਂ ਜੇ ਮੈਂ ਪੈਸੇ ਮਾਰੇ ਆ ਮੰਨ ਲਾ ਕਿਸੇ ਦੇ, ਠੀਕ ਆ, ਮੈਂ ਦੇਣਦਾ ਹਾਂ, ਮੇਰੇ ਘਰਦਿਆਂ ਦਾ ਕੀ, ਮੇਰੇ ਲਈ ਬੇਬੇ ਨੂੰ, ਮੇਰੀ ਬੇਬੇ, ਠੀਕ ਆ, ਬਿਲਕੁਲ ਹੁਣ ਬਿਲਕੁਲ ਮੈਂ ਗੱਲ ਕਰੂੰਗਾ, ਠੀਕ, ਮੈਨੂੰ ਨੀ ਪਤਾ ਹੋਣਾ, ਚੱਲ ਤੁਹਾਡਾ ਪਰਸਨਲ ਹੋਊਗਾ, ਮੈਂ ਫਿਰ ਵੀ ਮੈਂ ਕੱਲ ਪਰਸਨਲ ਚਲਾ, ਚੱਲ ਬੰਦੇ ਨੂੰ ਕੋਈ ਗੱਲ ਹੋਵੇ ਮਾਰ, ਮੈਂ ਚੱਲ ਤੇਰੀ ਵੀਡੀਓ ਦੇ ਦਾਂ, ਪਰ ਚੱਲ ਤੈਨੂੰ ਕੋਈ ਆਪਣਾ ਗੁੱਸਾ ਹੋਊਗਾ ਬਾਈ, ਮੈਨੂੰ ਪਤਾ ਹਨਾ, ਪਰ ਨਹੀਂ ਮੈਨੂੰ ਕੋਈ ਗੁੱਸਾ ਨਹੀਂ, ਮੈਨੂੰ ਲੋਕਾਂ ਦਾ ਗੁੱਸਾ ਹੈ, ਮੈਨੂੰ ਲੋਕਾਂ ਦਾ ਗੁੱਸਾ ਯਾਰ, ਮੈਂ ਨਾ ਬੜੇ ਕਮੈਂਟ ਪੜ੍ਹਦਾ ਹੁੰਦਾ ਸੀ ਨਾ, ਲੋਕੀ ਕਹਿੰਦੇ ਯਾਰ ਤੂੰ ਸਾਨੂੰ ਜਵਾਬ ਨਹੀਂ ਦਿੰਦਾ, ਮੈਨੂੰ
ਚੜ ਗਿਆ ਫਿਰ ਗੁੱਸਾ, ਨਾਲੇ ਗੁੱਸਾ ਮੈਨੂੰ ਇਸ ਗੱਲ ਦਾ ਸੀ ਕਿ ਸਾਡੀ ਇੱਥੇ ਲੜਾਈ ਹੋਈ ਸੀ ਇੱਕ ਦੀ ਵੀਡੀਓ ਪਿੱਛੇ ਨਾ, ਤੇ ਇਸ ਬੰਦੇ ਨੇ ਮੈਂ ਇੰਨੇ ਕੁ ਮੈਸੇਜ ਕੀਤੇ ਨਾ, ਮੈਂ ਕਿਹਾ ਵੀਰੇ ਯਾਰ ਉਹ ਵੀਡੀਓ ਡਿਲੀਟ ਕਰ ਦਿਓ, ਨਹੀਂ ਸਹੀ ਵੇਖਣ ਵਾਲੀ। ਇਸ ਬੰਦੇ ਨੇ ਮੇਰੇ ਕਮੈਂਟ ਡਿਲੀਟ ਕੀਤੇ, ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਮੈਂ ਕਿਹਾ ਲੈ ਫੜ ਹੁਣ ਪੁੱਤਰਾ, ਇਹ ਜਿਹੜਾ ਕੰਜਰਖਾਨਾ ਇਹਨਾਂ ਵਲੋਗਰਾਂ ਨੇ ਪਾਇਆ ਨਾ, ਹੁਣ ਤੈਨੂੰ ਅਸੀਂ ਬੰਦ ਕਰਾ ਕੇ ਦੱਸਾਂਗੇ ਤੁਹਾਡਾ। ਬਿਲਕੁਲ ਬਿਲਕੁਲ, ਉਹ ਜਿਹੜੇ ਜਿਹੜੇ ਉਦੋਂ ਪਏ ਬੈਠੇ ਉਹਦੇ ਵਿੱਚ, ਠੀਕ ਆ, ਉਹ ਸਿਰਫ ਉਹਨਾਂ ਚ ਮੈਂ ਇੱਕ ਬੰਦੇ ਨੂੰ ਜਾਣਦਾ, ਇੱਕ ਨੂੰ ਜਾਣਦਾ, ਦੋ ਬੰਦੇ ਨੂੰ ਮੈਂ ਜਾਣਦਾ ਤਾਂ ਇੱਕ ਨੂੰ ਜਦੋਂ ਮੈਨੂੰ ਪਰਸਨਲੀ ਕਰ ਬੰਦਿਆਂ ਨੂੰ, ਬਾਕੀ ਜਿਹੜੇ ਦੋ ਇੱਧਰਲੇ ਇੱਧਰਲੇ ਪਾਸੇ ਬੈਠੇ, ਇਹ ਕਹਿੰਦਾ ਭੈਣਚੋ ਨਸ਼ੇ ਕਰਦਾ ਕਰਦਾ, ਇਹਦੇ ਕੋਲ ਇਹਦੇ ਇੱਕ ਇਹਦਾ ਰੁਪਇਆ ਮਾਰਿਆ ਮੈਂ, ਜਦ ਮੈਂ ਗੱਲ ਕੀਤੀ ਜਾਂ ਮੈਂ ਇਹਨੂੰ ਕੋਈ ਪੈਸੇ ਅਧਾਰ ਮੰਗੇ ਵੀ ਮੁੜ ਗਈ, ਬਾਈ ਮੈਨੂੰ $100 ਦੇ ਦਿਓ ਯਾਰ, ਇਹਦਾ ਲੈਣਾ ਦੇਣਾ ਨਹੀਂ ਸੀ ਉਸ ਗੱਲ ਨਾਲ, ਇਹਦਾ ਲੈਣਾ ਦੇਣਾ ਨਹੀਂ ਸੀ ਇਸ ਗੱਲ ਨਾਲ। ਨਾਲੇ ਫਰੈਸ਼, ਮੈਂ ਇੱਕ ਹੋਰ ਗੱਲ ਨੋਟ ਕੀਤੀ ਸੀ, ਜਦੋਂ ਤੂੰ ਉਸ ਰੇਡੀਓ ਤੇ ਗਿਆ ਸੀ ਨਾ, ਤੇ ਇਹਨੂੰ ਨਾ ਇੱਕ ਬੰਦੇ ਦਾ ਫੋਨ ਆਇਆ ਸੀ, ਇਹਨੂੰ ਇੱਕ ਬੰਦੇ ਦਾ ਫੋਨ ਆਇਆ ਸੀ, ਕਹਿੰਦਾ ਬਾਈ ਜੀ ਵੀ ਤੁਹਾਡੇ ਤੁਹਾਡੇ ਮਾਸੀ ਦੇ ਮੁੰਡੇ ਨੇ ਵੀ ਤੇ ਪੈਸੇ ਮਾਰੇ ਨੇ, ਤੇ ਕਹਿੰਦਾ ਪੁਲਿਸ ਨਾਲ ਜਾ ਗੱਲ ਕਰੋ, ਵੀ ਸਾਲੇ ਜਦੋਂ ਫਰੈਸ਼ੀ ਨੇ ਮਾਰੇ ਨੇ ਉਦੋਂ ਚੈਨਲਾਂ ਤੇ ਤੁਸੀਂ ਆ ਜਾਓ, ਤੇ ਜਦੋਂ ਤੇਰੀ ਮਾਸੀ ਦੇ ਮੁੰਡੇ ਨੇ ਪੈਸੇ ਮਾਰੇ ਨੇ ਉਦੋਂ ਪੁਲਿਸ ਕੋਲ ਚਲ ਜਾਓ। ਇਹ ਸਾਰਾ ਕਿਹੜੇ ਕਿਹੜੇ ਹਿਸਾਬ ਦਾ ਕਾਨੂੰਨ ਹੈ? ਉਦੋਂ ਮੈਂ ਵੀ ਨਾਲ ਇੰਸਟਾਗ੍ਰਾਮ ਤੇ ਲਾਈਵ ਸੀਗਾ, ਮੇਰਾ ਲਾਈਵ ਸ਼ੇਖਾਂ ਨੇ ਦੇਖਣਾ, ਮੈਂ ਲਿੰਕ ਭੇਜੂਗਾ ਜੀ, ਓਕੇ ਬੰਦੇ ਨੇ ਪਾਇਆ ਵਾ ਇੰਟਰਨੈਟ, ਮੈਂ ਨਾਲ ਆਈ ਸੀਗਾ, ਮੇਰਾ ਮਾਮੀ ਦਾ ਮੁੰਡਾ ਇੱਥੇ ਲਾਗੇ ਨਾਲ ਬੈਠਾ ਸੀ, ਫੋਨ ਕਰਦੇ ਸੀ ਉਹਦੇ ਵਿੱਚ ਕਿ ਭਾਜੀ ਫਰੈਸ਼ੀ ਉਹਦੇ ਮਾਂਗੜ ਨੇ ਪੈਸੇ ਮਾਰਦੇ ਪੈਸੇ ਮਾਰ ਲਿੱਤੇ, ਉਹਦਾ ਫੋਨ ਨਹੀਂ ਚੱਕਣਾ, ਉਹਦਾ ਫੋਨ ਉਸ ਵੇਲੇ ਭਾਜੀ ਨਾਲ ਲਾਈ ਚਲੋ, ਉਹਨੇ ਕਿੱਦਾਂ ਕੱਟ ਕੇ ਉਹੀ ਨੰਬਰ ਤੋਂ ਹੁਣੇ ਲਾਈਨ ਕਨੈਕਟ ਕਰਦੇ ਜੀ ਤੁਹਾਡੀ, ਹਾਂ ਉਸ ਵੇਲੇ ਫੋਨ ਚੱਕਿਆ ਗਿਆ ਜਦੋਂ ਖੇਤ ਨੇ ਇੱਕ ਮੁੰਡੇ ਨੇ ਮੇਰੇ ਸਬਸਕ੍ਰਾਈਬਰ ਨੂੰ ਫੋਨ ਕੀਤਾ, ਕਹਿੰਦਾ ਬਾਈ ਗਗਨ ਬਾਰੇ ਦੱਸੋ ਕੁਛ, ਉਹ ਬਾਈ ਜੀ ਤੁਸੀਂ ਉਹਨਾਂ ਨੂੰ ਜਾ ਕੇ ਆਪ ਪੁੱਛੋ, ਹੁਣ ਮੈਨੂੰ ਜੋ ਮਰਜ਼ੀ ਭੈਣ ਚੋਰ ਮੈਂ ਕੱਲਾ ਸੀ ਉਦੋਂ, ਫਿਰ ਮੈਂ ਬਿਲਕੁਲ ਬਿਲਕੁਲ ਉਹੀ ਗੱਲ ਯਾਰ, ਆਪਣੇ ਹਿਸਾਬ ਨਾਲ ਜਿੱਦਣ ਮਰਜ਼ੀ, ਆਪਣੇ ਹਿਸਾਬ ਨਾਲ ਜਿੱਦਣ ਮਰਜ਼ੀ ਕਰ ਲਓ, ਤੁਸੀਂ ਆਪਣੇ ਹਿਸਾਬ ਨਾਲ ਬਿਲਕੁਲ ਵੀਰੇ, ਇਹ ਤੇ ਹਰ ਬੰਦਾ ਮੈਂ ਤਾਂ ਵੀ ਨੀ ਪਿੱਛੇ ਹਟਿਆ, ਫਿਰ ਮੈਨੂੰ ਗਾਲਾਂ ਭੇਜਦਾ, ਮੈਂ ਤਾਂ ਵੀ ਨੀ ਪਿੱਛੇ ਹਟਿਆ, ਹੁਣ ਕੱਲ ਦੀਆਂ ਮੈਨੂੰ ਇੰਨੀਆਂ ਕੁ ਧਮਕੀਆਂ ਆਉਂਦੀਆਂ ਨਾ, ਇੰਨੀਆਂ ਕੁ ਧਮਕੀਆਂ ਆਉਂਦੀਆਂ ਨਾ, ਤੈਨੂੰ ਮਾਰ ਦਾਂਗੇ, ਸਾਨੂੰ ਪਤਾ ਤੇਰੀਆਂ ਕੁੜੀਆਂ ਕਿੱਥੇ ਪੜ੍ਹਨ ਜਾਣੀਆਂ ਨੇ, ਮੈਂ ਕਿਹਾ ਸਾਲੇ ਦੋ ਬੱਬਰ ਸ਼ੇਰ ਦੀਆਂ ਜੰਮੀਆਂ ਨੇ ਡੇਲੀ ਇੱਥੇ ਜਾਣੀਆਂ, ਮੈਂ ਕੱਲ ਲਾਈਵ ਹੋ ਕੇ ਦੱਸਿਆ, ਮੈਂ ਕਿਹਾ ਰੋਡ ਸਾਲਿਓ ਫੜ ਲਿਓ ਜਿਹਨੇ ਫੜਨਾ ਭੈਣ ਚੋ, ਤੁਹਾਨੂੰ ਮੈਂ ਜੇ ਵਿਚੂ ਨਾ ਪਾੜ ਛੱਡੇ, ਪਤਾ ਨਹੀਂ ਯਾਰ ਉਹੀ ਗੱਲ ਹੈ, ਸ਼ਹਿਰ ਦਾ ਪਤਾ ਨਹੀਂ ਆ ਜਿੱਥੇ ਅਸੀਂ ਰਹਿੰਦੇ, ਇਹਨਾਂ ਨੂੰ ਪਤਾ ਹੀ ਨਹੀਂ ਹੈ। ਉਹ ਯਾਰ ਪਤਾ ਨੀ ਉਹੀ ਬੰਦੇ ਪਿੱਛੇ ਲਾਏ ਹੋਏ ਨੇ, ਉਹੀ ਬੰਦੇ ਚੱਕ ਕੇ ਵਿੱਚ ਯਾਰ ਭੇਡਾਂ ਵਾਲਾ ਕੰਮ ਦਾ, ਬਿਲਕੁਲ ਬਿਲਕੁਲ ਗੱਲ ਤੂੰ ਸਹੀ ਬੋਲਿਆ ਭੇਡਾਂ ਵਾਲਾ, ਮੈਂ ਨਾ ਇਹਦੀ ਪਾਈ ਸੀਗੀ ਜਿੱਥੇ ਨਾ ਕਮੈਂਟ ਕੀਤੀ ਕੋਈ ਕੁੜੀ ਦੇ ਬਾਰੇ, ਮੈਨੂੰ ਫੋਨ ਤੇ ਬੋਲੀ ਸੀ, ਠੀਕ ਆ, ਉਹਦੇ ਬਾਰੇ ਇਹਨੂੰ ਕੋਈ ਕਮੈਂਟ ਆਈ ਉੱਥੇ ਚੱਕ ਕੇ ਉਹ ਉਸ ਵੇਲੇ ਡਿਲੀਟ, ਉਹ ਕਮੈਂਟ ਉਸ ਵੇਲੇ ਡਿਲੀਟ, ਕੋਈ ਭੈਣ ਹੈਲੋ, ਹਾਂ ਹੁਣ ਠੀਕ ਹੈ ਥੋੜੀ ਜਿਹੀ, ਹੁਣ ਓਕੇ 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 ਠੀਕ ਠੀਕ ਆ, ਸੋਰੀ ਯਾਰ ਪਤਾ ਨਹੀਂ ਪਤਾ ਨਹੀਂ ਸਾਲਾ ਤੇ ਰੇਂਜ ਤਾਂ 5G ਦੇ ਜਾਂਦੀ, ਪਤਾ ਨਹੀਂ ਕੀ ਹੋਈ, ਚੱਲ ਕੋਈ ਨੀ ਕੋਈ ਨੀ, ਖੈਰ ਹੀ ਹੈ, ਹਾਂ ਹਾਂ ਤੇ ਬਾਕੀ ਯਾਰ ਤੂੰ ਪੁੱਛ ਕੋਈ, ਤੈਨੂੰ ਨਾ ਨਾ ਕੋਈ ਚੱਕਰ ਨੀ ਕੋਈ ਚੱਕਰ ਨੀ ਵੀਰੇ, ਆਪਾਂ ਕੋਈ ਚੱਕਰ ਨੀ, ਇਹ ਸਾਲੇ ਕਹਿੰਦੇ ਨਾ ਮੈਂ ਤੈਨੂੰ, ਮੈਨੂੰ ਬੜੇ ਮੈਸੇਜ ਆਉਂਦੇ ਨੇ, ਅੱਛਾ ਬੰਦੇ ਜਿਹੜੇ ਹੋਣਗੇ ਨਾ ਉਹ ਕੈਨੇਡਾ ਤੋਂ ਬੈਠੇ ਹੋਣਗੇ, ਕੋਈ ਇੰਡੀਆ ਤੋਂ ਬੈਠੇ ਹੋਣਗੇ, ਇਟਲੀ ਦਾ ਐਡਰੈਸ ਦੇ ਆਪਣਾ, ਇਟਲੀ ਦਾ ਐਡਰੈਸ ਦੇ, ਗੱਲ ਕਰਨ ਵਾਲੀ ਹੈ, ਤੁਸੀਂ ਆ ਜਾਣਾ, ਜੇ ਆ ਵੀ ਜਾਣਾ ਤੇ ਮੈਂ ਕਹਿਣਾ ਪਿਆ ਇੰਸਟਾਗ੍ਰਾਮ ਤੇ ਆ ਜਾਓ ਯਾਰ, ਮੈਂ ਤੁਹਾਨੂੰ ਐਡਰੈਸ ਸੈਂਡ ਕਰਦਾ, ਸਾਰਾ ਕੁਝ ਸੈਂਡ